ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੈ ਗਿਆ ਇੱਥੇ ਕਰੋੜਾਂ ਦਾ ਡਾਕਾ ਇਲਾਕੇ ਚ ਪਿਆ دہشت ਮੱਛੀ ਹਹਾਕਾਰ ਤਾਜ਼ਾ ਵੱਡੀ ਖਬਰ ਕਵਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਥੋਂ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨਾਰਾ Rajasthan ਦੇ Jaipur ਤੋਂ ਸਾਹਮਣੇ ਜਿੱਥੇ ਤੈਨੂੰ ਲੁਟੇਰਿਆਂ ਵੱਲੋਂ ਸਾਕਾ ਕਾ ਕੌਂਸਲਰ ਰਮਧਨ ਚੰਨੀ ਦੇ ਘਰ 1 ਕਰੋੜ ਦਾ ਸੋਨਾ ਤੇ 10 ਲੱਖ ਰੁਪਏ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਸਮੇਂ ਲੁੱਟੇਰਿਆਂ ਵੱਲੋਂ ਇਸ ਅੰਜਾਮ ਨੂੰ ਘਟਾਣ ਅੰਜਾਮ ਦਿੱਤਾ ਗਿਆ ਉਸ ਸਮੇਂ ਘਰ ਵਿੱਚ ਸਾਬਕਾ ਕੌਂਸਲਰ ਦੀ ਨੂਸ ਦੀ ਛੋਟੀ ਬੱਚੀ ਮੌਜੂਦ ਸੀ ਇਸ ਘਟਨਾ ਜਾਣਕਾਰੀ ਦਿੰਦੇ ਪੀੜ ਸੁਨੀਤਾ ਵੱਲ ਦੱਸਿਆ ਗਿਆ ਕਿ ਜਿਸ ਸਮੇਂ ਲੁੱਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਸਮੇਂ ਉਸ ਦੀ ਸੱਸ ਕਿੱਧਰੇ ਗਈ ਸੀ ਉਸ ਦਾ ਪਤੀ ਤੇ ਦੂਰਫੈਕਟ ਵਿੱਚ ਕੰਮ ਕਰਨ ਗਏ ਸਨ ਅਤੇ ਇਨਾਂ ਨੂੰ ਲੁਟੇਰੀਅਮ ਦੇ ਆਉਣ ਤੋਂ ਕੁਝ ਸਮੇਂ ਪਹਿਲਾਂ ਹੀ ਉਸ ਦਾ ਸੋਹਰਾ ਵੀ ਬਾਹਰ ਚਲਾ ਗਿਆ। ਇਸ ਲੁਟੇਰੇ ਮਕਾਨ ਦੀ ਹਾਲ ਵਿੱਚ 2 ਦਿਨ ਪਹਿਲਾਂ ਵੀ ਆਏ ਸਨ ਜੋ ਸਾਰਾ ਕੁਝ ਵੇਖ ਕੇ ਗਏ ਸਨ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਇੱਕ ਹੋਰ ਸਾਥੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਰ ਵਿੱਚ ਮੌਜੂਦ ਨੂੰਹ ਨੂੰ ਬੰਦ ਦਿੱਤਾ ਗਿਆ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਜਦੋਂ ਉਸਦੇ ਦਿਓਰ ਕਿਸੇ ਕੰਮ ਕਰਕੇ ਘਰ ਆਏ ਤੇ ਦੋ ਮਹੀਨੇ ਦੀ ਬੱਚੀ ਦੇ ਰੋਣ ਦੀ ਲਗਾਤਾਰ ਆਵਾਜ਼ ਸੁਣਾਈ ਦਿੱਤੀ ਜਿਸ ਨੇ ਕਮਰੇ ਵਿੱਚ ਦੇਖਿਆ ਤਾਂ ਉਸ ਦੀ ਪਰਜਾਈ ਨੂੰ ਬੰਨ੍ਹਿਆ ਪਿਆ ਸੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖਬਰ ਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ